चल भाई घड़ी 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 ठीक करी जाना तू अपनी थ्री टू वन खुश आशा रकमार भती नदिया गंगा जमुना तुम हो मेरे जीवन साथी और तुसे निराश मौसम फसरदा मौसम तनहा जीवन बेदार जमीन हो गया अब तमन्ना जुस्त काफिल आके बैठ गया और आप पैगाम में उल्फते जाना मस्तर और उसमें खारश मर घे बच आप मेरे साथ जमीनों आसमान खाली हैं तेरे हिजर के गम से अब तो है तुमसे हर खुशी अपनी फरहाद। बेसिक हुआ। और आप मायूस नहीं ना नी मेरे साथ मैं मोल के पड़े प्रयोग में आज बैठे हैं आशिकाह क्योंकि अदालतों में छुट्टियां हैं इसलिए आज ये बगैर यूनिफॉर्म का आया हुआ और वटे जैसा मुंह आज एक ख्याली सी जिंदगी मेरे पास देखते हैं जीना तो उसी रंग के अंदर ही है मेरे ऐसा भी आज आशक साहब खब्बे भी आशक सज्जे भी आशक वाह ये नाजरी मैंने खांसी की और खांसी की दीवार न तोड़ी प्यार भरा दिल तोड़ दिया नाजरी ता था था। ता दा गड़ा दा गड़ा इनको ने गवाह कर लिया बजरिया अपने मुलाजम के अगवा साथ जा रहे थे गवाह हो गए पर्चा दर्ज कर रहा इनके मुलाजम ने क्योंकि ये तो का लोग थे ओ पाई ताता आ आशिक साहब मेरा बेहतर है कि आप अपने ही ख्याली बताएं अजय ਜਨਾਬੇ ਅਲੀ ਮੈਂ ਸ਼ਾਰਜਾ ਮੈਂ 33 ਸਾਲ ਸੇ ਬੁਖੇ ਮੂ ਵਹੇ ਕਾਰੋਬਾਰ ਕਰਤਾ ਹੂੰ ਸ਼ਾਰਜਾ ਮੈਂ ਜੀ ਸ਼ਾਰਜਾ ਮੈਂ ਵਾਲਦ ਸਾਹਿਬ ਨੇ ਮੇਰੇ ਨਾਲ ਜੀ ਦੋ ਸ਼ਾਦੀਆਂ ਕੀਤੀਆਂ ਨੇ ਦੋ ਅਮੀਆਂ ਸੀ ਮੇਰਿਆਂ ਦੋਜੀ ਬੂਟੀ ਜੋ ਆਠ ਬੱਚੇ ਨੇ ਪਹਿਲੀ ਜੋ ਮੈਂ ਕੱਲਾ ਹੀ ਸੀਗਾ ਤੂੰ ਉਧਰ ਹੋ ਪਿੰਦਾ ਨੌ ਹੋ ਜਾਂਦੇ ਇਕੱਠੇ ਇਹ ਅੱਲਾਹ ਦੀ ਵੰਡ ਹੁੰਦੀ ਹੈ ਜੀ ਮੇਰੀ ਨਹੀਂ ਅਸ ਪਾਕਿਸਤਾਨ ਦੇ ਵਿੱਚ ਮੈਂ ਪਾਜ਼ ਨਾ ਲੈ ਯਾਰ ਉਹਦੀ ਮੈਂ ਬੁੱਢੀ ਮੈਂ ਆਪਣੇ ਮੁਲਾਜ਼ਮ ਦੇ ਨਾਲ ਜਾ ਰਿਹਾ ਸੀ ਤੋ ਕਾਰ ਚ ਮੈਨੂੰ ਦਿਨ ਬੰਦੇ ਨੇ ਚੁੱਕਿਆ ਹੈ ਕਿਆ ਹੋਇਆ ਮੈਂ ਤੇ ਮੇਰਾ ਜਾ ਰਿਹਾ ਸੀ ਵਾਲਾ ਸਾਹਿਬ ਨੇ ਜੋ ਸ਼ਾਦੀਆਂ ਕੀਤੀਆਂ ਮੇਰੇ ਨੇ ਨਹੀਂ ਕਾਰ ਚ ਗਵਾ ਕੀਤਾ ਤੁਹਾਨੂੰ ਚਾਰਜਾ ਦੇ ਵਿੱਚ ਜੀ ਮੇਰੇ ਕੋਲ ਜਨਾਬ ਇੱਕ ਮੁਲਾਜ਼ਮ ਕੰਮ ਕਰਦਾ ਹੁੰਦਾ ਸੀਗਾ ਉਸ ਨੇ ਮੇਰੇ ਸਟੋਰ 'ਤੇ ਚੋਰੀ ਕੀਤੀ ਉਸ 'ਤੇ ਮੈਨੇ ਬਰਜਾ ਕਰਾ ਦਿਆ ਉਹ ਵੀ ਪਾਕਿਸਤਾਨ ਆਇਆ ਉਸ ਤੋਂ ਬਾਅਦ ਉਹਨੂੰ ਮੈਂ ਉਹਨੂੰ ਵੀ ਕਿੜ ਸੀ ਮੇਰੇ ਨਾਲ ਉਹ ਵੀ ਤਾੜ ਚ ਸੀ ਉਸ ਤੋਂ ਬਾਅਦ ਮੇਰਾ ਮੇਰੇ ਪਿਓ ਭਰਾਵਾਂ ਦੇ ਨਾਲ ਵੀ ਮੇਰੀ ਜਿਹੜਾ ਬਹੁਤੀ ਬਣਦੀ ਨਹੀਂ ਸੀ ਮੇਰੀ ਜਾਇਦਾਦ ਮੇਰੇ ਪਿਓ ਭਰਾਵਾਂ ਦੇ ਨੇ ਮੇਰੇ ਪਿਓ ਨੂੰ ਵਰਗ ਲਾ ਕੇ ਆਪਣੇ ਆਲੇ ਲਾ ਕੇ ਮੇਰੀ ਜਾਇਦਾਦ ਤੇ قبضہ ਕਰ ਲਿਆ ਮੁਲਾਜ਼ਮ ਮੇਰੇ ਮੁਲਾਜ਼ਮ ਮੇਰੇ ਨੇ ਜਨਾਬ ਉੱਥੇ ਚੋਰੀ ਕੀਤੀ ਨਾ ਤੇ ਇੱਥੇ ਵਰਚਾ ਹੋ ਗਿਆ ਮੈਂ ਸਜਗਵਾ ਹੋ ਗਿਆ ਉਸ ਤੋਂ ਬਾਅਦ ਮੇਰੇ ਬਾਪ ਜਿਹੜੀਆਂ ਦੋ ਸ਼ਾਦੀਆਂ ਕੀਤੀਆਂ ਇੱਕ ਦੇ ਵਿੱਚ 8:00 ਬੱਜੇ ਸੀ ਦੂਜਾ ਜਿਹੜਾ ਮੈਂ ਸੀ ਇਕੱਲਾ ਮੇਰੀ والدہ ਦਾ ਹੋਰ ਕੋ ਬੱਚਾ ਨਹੀਂ ਮੈਂ ਸੀ ਤੇ ਮੇਰੇ ਸੋਤੇਲੇ 8 ਬੱਚੇ ਮਲਾਦਮ ਨੇ ਜੋਰੀ ਕੀਤੀ ਮੈਂ ਉਹਦੇ ਉੱਤੇ ਪਰਚਾ ਕਰਾਤਾ ਮੈਂ ਤੇ ਮੇਰਾ ਮੁਲਾਜ਼ਮ ਪਾਕਿਸਤਾਨ ਚ ਜਾ ਰਿਹਾ ਸੀ ਕਿਦੇ ਸਾਡਾ ਗਵਾ ਹਾਇਆ ਮੈਨੂੰ ਉਹਨਾਂ ਨੇ ਮਾਰਿਆ ਮੈਨੂੰ ਕੁੱਟਿਆ ਮੈਨੂੰ ਗੱਡੀ ਚ ਬਿਠਾ ਲਿਆ ਮਲਾਦਮ ਮੇਰੇ ਨੂੰ ਉਹਨਾਂ ਨੇ ਛੱਡਤਾ ਚਾਰਜ ਅਜ ਬੰਦੇ ਨੇ ਜੋ ਕੀਤੀ ਮੈਤੇ ਚੋਰੀ ਉਹ ਮੈਂ ਪਰਚਾ ਕਰਾਇਆ ਪਰ ਉਹ ਮੇਰੇ ਨੇ ਦੋਸ਼ ਆਦੀਆਂ ਕੀਤੀਆਂ ਅੱਠ ਮੇਰੇ ਸੋਤੇਲੇ ਭੈਣ ਭਰਾ ਨੇ ਕਮੀ ਐ ਇਹ ਕਮੀ ਜੋ ਮੈਂ ਕਰਲਾ ਹੀ ਐ ਉਹਨੇ ਕਿਹਾ ਵੀ ਮੈਂ ਇੱਥੇ ਆ ਗਏ ਤੇ ਕਰੋ ਬਦਲਾ ਲੈਣਾ ਇਹਨੇ ਮੇਰੇ ਤੇ ਜੋਰੀ ਦਾ ਪਰਚਾ ਕਰਾਇਆ ਮੈਂ ਬਣ ਮੁਲਾਜ਼ਮ ਨਾਲ ਜਾ ਰਿਹਾ ਅਗਵਾ ਅਗਵਾ ਕਾਰ ਦੇ ਵਿੱਚ ਜਾ ਰਿਹਾ ਅਗਵਾ ਹੋ ਗਿਆ ਪਿਓ ਮੇਰੇ ਨੇ ਕਿਹਾ ਵੀ ਆਠ ਤੇਰੇ ਭੈਣ ਭੈਣ ਭਰਾ ਆਠੇ ਆਸ਼ਕ ਸਾਹਿਬ ਆਪ ਨੇ ਇਹ ਵੀ ਆਸ਼ਕ ਆ ਆਪਕੇ ਗੁਫਤਗੋ ਮੈਂ ਉਹ ਤਾਂ ਸਲਸਲ ਨਹੀਂ ਆ ਮਤਲਬ ਕਿ ਐਸਾ ਇੱਕ ਵਿਚੇ ਪੜਾ ਵਿਚੇ ਡਰਾਈਵਰ ਵਿਚੇ ਸ਼ਸਾਬ ਮੁਲਾਜ਼ਮ ਚਪਰਚਾ ਘੂਟ ਨੀਅਤ ਸੀ ਆਸ਼ਕ ਸਾਹਿਬ ਦੂਸਰੇ ਬਾਤ ਧਰਾਨ ਕੀ ਵਾਲੀ ਕੇ ਆਪਕਾ ਬਾਪ ਵੀ ਆਪਕਾ ਭਾਈਓ ਕੋ ਸਾਥ ਜੋ ਆ ਨਾ ਉਹ ਮਿਲਾ ਹੋਆਤਾ ਬਾਪ ਤੋ ਬਾਪ ਹੋਤਾ ਬਾਪ ਤੋ ਸਗਾ ਹੈ ਲੇਕਿਨ ਮੈਂ ਪਰਚਾ ਕਰਾਇਆ ਨਾ ਸਿੰਗਾਪੁਰ ਜਿਸ ਮੁਲਾਜ਼ਮ ਦੇ ਉਹਨੇ ਗਿਆ ਬਈ ਮੈਂ ਮੈਂ ਨਾਲ ਸੀ ਆਪਣੇ ਆਪਣਾ ਮੁਲਾਜ਼ਮ ਦੇ ਜਦੋਂ ਮੈਂ ਗਵਾ ਹੋਇਆ ਨਹੀਂ ਪਤਾ ਲਗਾ ਬਾਪ ਨੇ ਮੈਨੂੰ ਕਿਹਾ ਬਈ 8 ਧੀਆਂ ਪੁੱਤਰ ਤੇਰੇ ਇਹਨਾਂ ਨੂੰ ਆਪਣਾ ਸਮਝ ਤੇਰੇ ਸੁਤੇਲੇ ਨਹੀਂ ਮੈਂ ਕਿਹਾ ਠੀਕ ਹੈ ਮੇਰੀ ਸੀ ਜਾਇਦਾਦ ਇਥੇ 33 ਸਾਲ ਮੈਂ ਸ਼ਾਰਦਾ ਦੇ ਵਿੱਚ ਰਿਹਾ ਖੈਰ ਡਾਕੂਆਂ ਨੇ ਗੱਡੀ ਰੋਕੀ ਮੈਨੂੰ ਗਵਾ ਕੀਤਾ ਡਰਨਾ ਉਹਨਾਂ ਨੇ ਗੱਡੀ ਟਰਨ ਕਰ ਲਈ ਉਹਨੋਂ ਹਾਂਜੀ ਜਿਹੜੀ ਮੇਰੀ ਦੂਸਰੀ ਵਾਲਦਾਣਾ ਜੀ ਨਵੀਂ ਉਹ ਮੇਰੇ ਪਿਓ ਨਾਲੋਂ ਕੋ 50 ਕੇ ਸਾਲ ਛੋਟੀ ਹੈ ਜਨਾਬ ਅਸਲ ਗੱਲ ਇਹ ਹੈ ਕਿ ਉਹ ਬਹੁਤ ਜਵਾਨ ਆ ਸ਼ਾਰਜਾ ਮੈਂ ਮੈਨੂੰ ਪਤਾ ਲੱਗਾ ਮੇਰੇ ਗੱਲੇ ਦੇ ਵਿੱਚੋਂ ਚੋਰੀ ਹੋ ਗਈ ਹੈ ਮੈਨੂੰ ਪਤਾ ਲੱਗਾ ਇਹ ਮੁੰਡੇ ਨੇ ਕੀਤੀ ਮੈਂ ਸ਼ਾਰਜਾ ਜੇਲ੍ਹ ਉਤੇ ਪਰਚਾ ਕਰਾਤਾ ਅੱਠ ਭੈਣ ਭਰਾ ਹੀ ਸੁਤੇਲੇ ਨੇ ਮੇਰੇ ਮੇਰਾ ਪਿਓ ਕਹਿੰਦਾ ਇਹਨਾਂ ਨੂੰ ਮੰਨ ਆਪਣਾ ਇਹਨਾਂ ਨੂੰ ਵੀ ਉੱਥੋਂ ਸਾਰਾ ਖਰਚਾ ਭੇਜ ਮੈਂ ਕਿਹਾ ਗਵਾਤ ਮੈਂ ਹੋਣਾ ਲਾਉਣਾ ਹੀ ਆ ਮੈਂ ਅਠਾ ਨੂੰ ਮੈਂ ਪਰ ਜਾ ਕਰ ਆ ਗਏ ਉਹਨੂੰ ਮਲਾਜ਼ਮ ਇੱਥੇ ਆਇਆ ਉਹਨੇ ਇੱਥੇ ਆ ਕੇ ਖਾ ਪਾਤੀ ਕਿ ਮੈਂ ਬਦਲਾ ਲੈਣਾ ਮੈਂ ਕਿਹਾ ਜਦੋਂ ਮੈਂ ਆਵਾਂਗਾ ਤੋ ਗਵਾਹ ਹੋ ਜਾਾਂਗਾ ਦੇਖੀ ਜਾਏਗੀ ਭਾਈ ਜਾਨ ਜਨਾਬ ਮੈਂ ਮੇਰਾ ਨਾਮ ਹੀ ਆਸ਼ਕ ਹੈ ਮੈਂ ਤੁਹਾਡੇ ਕੋ ਸਵਾਲ ਹੀ ਕਰਨਾ ਚਾਹ ਰਿਹਾ ਕਿ ਤੁਸੀਂ ਪਲੀਜ਼ ਕਿਸੇ ਇੱਕ ਇੱਕ ਕਮੂਦੇ ਤੇ ਆ ਵਿੱਚ ਹੀ ਗੱਡੀ ਦਾ ਵੀ ਕੇਸ ਵਿੱਚ ਹੀ ਮਲਾਜ਼ਮ ਚਾਰਜ ਆਲਾ ਵਿੱਚ ਹੀ ਤੁਹਾਡੇ ਭਰਾ 8 9 ਜਿਹੜੇ ਕੋ ਸਾਨੂੰ ਕੋ ਸਮਝ ਨਹੀਂ ਆ ਰਹੀ ਅਗਵਾ ਤੁਸੀਂ ਹੋਏ ਜਾਂ ਉਹਦਾ ਦੱਸ ਲੋ ਜਾਂ ਮਲਾਜ਼ਮ ਦਾ ਦੱਸ ਲੋ ਜਾਂ ਪਿਓ ਦਾ ਦੱਸ ਲੋ ਜਾਂ ਦੂਜੀ ਮਾਂ ਦਾ ਦੱਸ ਲੋ ਹੁਣ ਦੱਸੋ ਵੀ ਅਗਵਾ ਜਦੋਂ ਹੋਇਆ ਲੈ ਕੇ ਕਿੱਥੇ ਗਏ ਜਨਾਬ ਗੱਲ ਇਹ ਹੈ ਕਿ ਮੈਂ ਤੇ ਆਪਣੇ ਦੁੱਖ ਸੁਣਾਈ ਜਨੇ ਤੁਸੀਂ ਸਮਝਣਾ ਮਜ਼ਾ ਤਾਦਾ ਮੇਰੀ ਤੇ ਵਜੀ ਪਈ ਹੈ ਮੱਤ ਚੁੱਕਿਆ ਮੈਨੂੰ ਗੱਡੀ 'ਚ ਤਿੰਨਾ ਜਾਣਿਆ ਨੇ ਅਗਵਾ ਕਰ ਲਿਆ ਹੋ ਗਏ ਬੰਦੇ ਨਾਲੋਂ 50 ਸਾਲ ਔਰਤ ਛੋਟੀ ਹੋਵੇ ਨਾ ਅੱਠ ਭੈਣ ਭਰਾ ਨੇ ਓਏ ਆਸ਼ਕ ਸਾਹਿਬ ਬਾਹਰ ਨਿਕਲ ਕੇ ਨਾ ਅੱਗੋਂ ਕਿਸੇ ਚੰਗੇ ਜੇ ਰਖਸ਼ੇ ਤੇ ਲਿਆ ਜਾ ਬੇਟੇ ਦੇਖੋ ਬੁੱਢਾ ਜੀ ਮੈਂ ਸ਼ਾਰਜਾ ਤੋਂ ਤੁਰਿਆ ਐਡੀ ਦੂਰੋਂ ਤੁਹਾਡੇ ਕੋਲ ਆਉਣ ਲਈ ਜਦੋਂ ਚੋਰੀ ਇੱਕ ਬੰਦੇ ਨੇ ਜੋ ਕੀਤੀ ਮੇਰੀ ਤੇ ਵਰਜਾ ਤੇ ਮੈਂ ਕਰਾਉਣਾ ਸੀ ਓਏ ਅੱਛਾ ਭਾਈ ਲਾਕੂਆ ਨੂੰ ਮੈਂ ਪਛਾਣ ਲਿਆ ਜਿਹੜੇ ਮੈਨੂੰ ਦੂਰ ਲੈ ਕੇ ਗਏ ਕਮਾਈ ਸਾਰੀ ਸ਼ਾਰਜਾ ਦੇ ਵਿੱਚ ਮੈਂ ਕੀਤੀ 33 ਸਾਲ ਮੈਂ ਕਮਾਈ ਕੀਤੀ ਇੱਥੇ ਹੁਣ ਮੇਰੀ ਚੋਰੀ ਹੋ ਗਈ ਉੱਥੇ ਅੱਠ ਭਰਾ ਮੇਰੇ ਸ਼ਾਰਜਾ ਦੇ ਵਿੱਚ ਜਿਹੜੇ ਮੇਰਾ ਪਿਓ ਕਹਿੰਦਾ ਕਿ ਤੂੰ ਇਹਨਾਂ ਦੇ ਪਰਚਾਗਾ ਤੋਂ ਕਰਾ ਦਿੱਤਾ ਮੈਂ ਕਿਹਨਾਂ ਚੋਰੀ ਕੀਤੀ ਦੇਖੋ ਮੇਰੀ ਮਾਂ ਮੇਰੀ ਮਾਂ 6-7ਾਂ ਦੇ ਭਾਵੇਂ ਮਾਂ ਉਹਨਾਂ ਦੀ ਮਾਂ ਬਫਰ ਆਗਾ ਇੱਕ ਚੋਰ ਦੀ ਸਜ਼ਾ ਕੀ ਹੋਣੀ ਚਾਹੀਦੀ ਇੱਥੇ ਮੈਨੂੰ ਗਵਾਹ ਉਹਨਾਂ ਨੇ ਕੀਤਾ 5 ਜਾਨੇ ਅੱਛਾ ਆਪਕੇ 8 ਛੋਟੇ ਛੋਟੇ ਵਾਲਦ ਹਨ ਨਹੀਂ ਜੀ ਵਾਲਦ 8 ਨਹੀਂ ਮੇਰੇ ਬੜੀ ਛੱਤੀ ਬੇਟਾ ਹੋਸ਼ ਦਾ ਬਚਾਇਆ ਵਾਲਦ ਕਿਹ ਹੈ ਜੀ ਉਹਦੇ 9 ਧੀਆ ਪੁੱਤਰ ਨੇ ਤੂੰ ਪਾ ਕੇ ਜੀ ਤੇ ਮੈਨੂੰ ਵੀ ਪਾ ਕੇ ਕਿੰਨੇ ਹੋਗਾ 10 8 ਤੇਰੇ 1 ਤੂੰ 1 ਮੈਂ 2 ਆਛਕ ਤੇ ਪਾਲਾ ਅੱਧੇ ਮਸੀਤੇ ਦੇ ਦੇ ਕਿੰਨੇ ਹੋਗਾ ਹਾਂ ਜੀ ਯਾਰ 1 ਮੈਨੂੰ ਪਾਲਾ 1 ਆਸ਼ਕ ਨੂੰ ਪਾਲਾ ਅੱਧੇ ਫਕੀਰ ਨੂੰ ਵਾਪਸ ਦੇ ਦੇ 2 ਮਸੀਤੇ ਕਿੰਨੇ ਬਚੇ ਇਹ ਕੀ ਗੱਲ ਕਰ ਰਹੇ ਤੁਹਾਡੇ ਕੋਲ ਮੈਂ ਬੇਵਕੂਫ ਨਹੀਂ ਜਨਾਬ ਜਿਹੜਾ ਇੱਡੀ ਦੂਰੋਂ ਆਇਆ ਤੁਸੀਂ ਅਜੀਬ ਗੱਲਾਂ ਕਰਨ ਦੇ ਜੇ ਪਰਚਾ ਮੈਂ ਮੁਲਾਜ਼ਮ ਤੇ ਕਰਾਉਣਾ ਨਹੀਂ ਸੀ ਸਾਡੇ ਤੇ ਵੀ ਕਰਾ ਦੇ ਆਸ਼ਕ ਇੱਕ ਵਾਲਦ ਦੋ ਮਾਵਾਂ ਇੱਕ ਅੱਠ ਹੋੜ ਤਿੰਨ ਡਾਕੂ ਛਾਰ ਤੇ ਉੱਪਰ ਛਾਰ ਜਾ ਹਾਂਜੀ ਬਿਲਕੁਲ ਜੋ ਬੂਟਾ ਹੀ ਤੁਸੀਂ ਉਹਨਾਂ ਦੇ ਨਾਲ ਤੁਸੀਂ ਪਲੀਜ਼ ਉਹਨਾਂ ਨੂੰ ਜ਼ਰਾ ਮਸਲਾ ਸੇ ਪੁੱਛੋ ਉਹਨਾਂ ਨੂੰ ਕਿ ਕੀ ਗੱਲ ਆ ਇੱਕ ਮਸਲੇ ਤੇ ਰਹਿਣ ਪਹਿਲੇ ਕੋਈ ਇੱਕ ਗੱਲ ਦੱਸ ਲੈਣਾ ਅੰਮੀ 50 ਸਾਲ ਛੋਟੀ ਹੋ ਨਹੀਂ ਸਕਦੀ ਥੋੜੀ ਵੱਡੀ ਕਰ ਲੋ ਨਹੀਂ ਵੱਡੀ ਵੈਸੇ ਹੀ ਹੈਗੀ ਨਾ ਇੱਕ ਛੋਟੀ ਇੱਕ ਵੱਡੀ ਹੈ ਜੀ ਵੱਡੀ ਜਿਹੜੀ ਮੇਰੀ ਅਮੀ ਜੀ ਫੌਤ ਹੋ ਗਏ ਨੇ ਜਨਾਬ ਛੋਟੀ ਜਿਹੜੀ ਅਮੀ ਮੇਰੇ ਅੱਬੇ ਨੇ ਹੁਣ ਵਿਆਹ ਕੇ ਲੈਂਦੀ ਜਨਾਬ ਜੀ ਮੈਂ 30 사ਤ 33 ਸਾਲ ਤੋਂ ਸ਼ਾਰਜਾ ਕਮਾਉਂਦਾ ਰਿਆਂ ਪਿੱਛੋਂ ਅੱਬੇ ਹੁਣਾਂ ਨੇ ਵਿਆਹ ਕਰ ਲਿਆ ਉਹਦੇ ਜੋ 8 ਬੱਚੇ ਪੈਦਾ ਹੋਏ 50 ਸਾਲ ਛੋਟੀ ਤੋਂ ਬੁਡੇ ਜਦੋਂ ਵਿਆਹਦੀ ਹੋਈ ਹੋਏਗੀ ਉਦੋਂ 50 ਸਾਲ ਛੋਟੀ ਹੋਏਗੀ ਹਾਂਜੀ ਉਦੋਂ 50 ਸਾਲ ਛੋਟੀ ਜੀ ਜੀ ਹੁਣ ਤੇ ਮੇਰਾ ਹਾਲ ਅੱਬੇ ਦਾ ਉਹਦਾ 10 ਸਾਲ ਦਾ ਫਰਕ ਰਹਿ ਗਿਆ ਕਾਫੀ ਤੇਜ਼ੀ ਨਾਲ ਵੱਧ ਗਈ ਬਾਕੀ ਗੱਲ ਇਹ ਹੈ ਨਾ ਨਹੀਂ ਵਕਫੇ ਦਾ ਟਾਈਮ ਹੋ ਗਿਆ ਲਿਆ ਪੇ ਲੈਂਦੇ ਹਾਂ ਇੱਕ ਛੋਟਾ ਸਾ ਬ੍ਰੇਕ ਚਲੋ ਜੀ 1 2 3 ਬ੍ਰੇਕ ਤੋਂ ਵਾਪਸ ਵਾਪਸੀ ਦਾ ਨਿਜ਼ਾਮ ਨਾਲ ਹੀ ਅਸੀਂ ਜਾ ਰਹੇ ਹਾਂ ਉਹ ਜਾ ਨਹੀਂ ਰਹੇ ਭਾਈ ਵਾਪਸ ਆਏ ਆ ਲੈ ਜਾ ਰਹੇ ਹਾਂ ਇੱਕ ਵਕਫੇ ਕੇ ਬਾਅਦ ਦੁਬਾਰਾ ਪ੍ਰੋਗਰਾਮ ਹੈ ਵਾ ਵਿਟਾਮਿਨ ਨੂੰ ਕਵਰ ਕਰਨਾ ਹੁੰਦਾ ਉਹਦੇ ਤੇ ਮੈਂ ਭਰਜਾ ਕਰਾਇਆ ਨਾ ਜੀ ਜਦੋਂ ਸ਼ਾਰਜਾ ਉਹ ਕਿਤੇ ਮਾਰ ਜਾ ਹਾਂਜੀ ਅੱਠ ਭੈਣ ਭਰਾ ਨੇ ਮੇਰੇ ਅਗਵਾਾ ਕੋਣ ਹੋਇਆ ਕਿੱਦਾਂ ਹੋਇਆ ਅਗਵਾਾ ਜਨਾ ਮੈਂ ਹੀ ਹੋਇਆ ਕਿੱਦਾਂ ਮੋਰਸਲ ਤੇ ਮੈਂ ਆਪਣੇ ਮੁਲਾਜ਼ਮ ਨਾਲ ਜਾ ਰਿਹਾ ਸੀ ਇੱਕ ਕਾਰ ਆ ਕੇ ਮੇਰੇ ਕੋਲ ਰੁਕੀ ਹੈ ਕਾਰ ਹਾਂਜੀ ਕਾਰ ਆ ਕੇ ਮੇਰੇ ਕੋਲ ਰੁਕੀ ਹੈ ਤੇ ਜ ਤਿੰਨ ਬੰਦੇ ਬਾਹਰ ਆਏ ਉਹਨਾਂ ਨੇ ਮੈਨੂੰ ਫੜ ਲਿਆ ਤੇ ਮੈਨੂੰ ਲੈ ਕੇ ਨਵੇਂ ਲਾਹੌਰ ਫਿਰ ਉਦੋਂ ਉਹਨਾਂ ਨੇ ਜਾ ਕੇ ਜਾਏ ਮੈਨੂੰ ਮੈਨੂੰ ਮਾਰਿਆ ਕੁੱਟਿਆ ਥੋੜਾ ਜਿਹਾ ਮੈਨੂੰ ਕਹਿੰਦੇ ਵੀ ਦੱਸ ਜਿਹੜੇ ਗੱਲ ਇਹ ਆ ਕਿ ਤੇਰਾ ਮੇਰੇ ਜਿਹੜਾ ਬੂਹਣਾ ਵੀ ਉਹਨਾਂ ਨੇ ਬੋਟਾ ਜੀ ਸ਼ਾਦੀਆਂ ਕੀਤੀਆਂ ਨੇ ਦੋ ਮੇਰੀ ਜਿਹੜੀ والدہ ਹੈ ਉਹਦੇ ਜੋ ਮੈਂ ਇਕੱਲਾ ਹੀ ਆਂ ਬਾਕੀ ਜਿਹੜੇ ਨੇ ਮੇਰੇ ਅੱਠ ਭੈਣ ਭਰਾੜੇ ਮੇਰੇ ਬਿਨ ਕੇ ਨਾਲ ਦਾ ਖਿਆਲ ਰੱਖ ਮੈਂ ਕਹਿੰਦਾ ਹੁਣੇ ਮੇਰਾ ਤੇ ਆਪਣਾ ਬੜੀ ਮੁਸ਼ਕਲ ਗੁਜ਼ਾਰਾ ਹੋ ਰਿਹਾ ਇੱਕ ਹੋਰ ਗੱਲ ਸੁਣੋ ਆਮਾਨਦਾਰੀ ਨਾਲ ਪੁੱਤਰ ਬਣਾ ਕੇ ਮੈਂ ਮੁੰਡਾ ਰੱਖਿਆ ਛੋਟਾ ਜਿਹਾ ਜਿਵੇਂ ਜਦੋਂ ਮੇਰੇ ਕੋ ਕੰਮ ਤੋਂ ਆਇਆ ਯਾਰ ਖੁਦਾ ਦਾ ਵਾਹਤਾ ਤੈਨੂੰ ਮੇਰੀ ਦੁਕਾਨ ਤੇ ਜੋੜੀ ਕਰ ਲਈ। ਲਾ ਮੈਨੂੰ ਜੜਿਆ ਗੁੱਸਾ ਮੈਂ ਸ਼ਾਰਜਾ ਦੀ ਜੇਲ੍ਹ ਦੇ ਵਿੱਚ ਉਹਦੇ ਉੱਪਰ ਜਨਾਬ ਮੈਂ ਪਰਚਾ ਘਟਾਇਆ। ਅੱਬੇ ਜੀਆਂ ਦੋ ਸ਼ਾਦੀਆਂ ਕਹਿ ਹਾਂਜੀ ਅੱਬੇ ਦੀਆਂ ਦੋ ਸ਼ਾਦੀਆਂ ਮੇਰੀਆਂ ਹੋਈਆਂ। ਉਹ ਅੱਠ ਭੈਣ ਭਰਾ ਇਹ ਤੇ ਠੀਕ ਹੈ ਲੇਕਿਨ ਜਿਹੜਾ ਤੁਸੀਂ ਅਗਵਾ ਕਿਦਾਂ ਹੋਆ ਦੱਸਣ ਦਿਆਂ ਉਹਨਾਂ ਨੇ ਚੋਕ ਕੇ ਮੈਨੂੰ ਗੱਡੀ ਦੇ ਵਿੱਚ ਪਾ ਲਿਆ। ਤੇ ਸ਼ਾਰਜਾ ਜਿਹੜਾ ਮੁੰਡਾ ਸੀ ਉਹ ਅੱਠ ਭੈਣ ਭਰਾ ਸੀ ਨਾ ਉਹਦੇ ਮੈਂ ਦੱਸਣ ਦਿਆਂ ਅੱਠ ਭੈਣ ਭਰਾ ਸੀ ਮੈਨੂੰ ਉਹਨਾਂ ਨੇ ਗਵਾ ਕਰਕੇ ਗੱਡੀ 'ਚ ਪਾ ਲਿਆ। ਤੇ ਅੰਮੀ ਅੰਮੀ ਮੇਰੀ ਜਿਹੜੀ ਦੂਸਰੀ ਉਹ ਮੈਂ ਆਪਣੇ ਬੱਬੇ ਨੂੰ ਕਿਹਾ ਵੀ ਮੈਂ ਇਹ ਮੇਰੇ ਅੱਠ ਭੈਣ ਭਰਾ ਨੇ ਸੋਤੇਲੇ ਨੇ ਮੈਂ ਬਾਹਰ ਪੈਸਾ ਕਮਾਇਆ ਮੈਂ ਇਹਨਾਂ ਨੂੰ ਕਿਸ ਚੱਕਰ ਦੇ ਵਿੱਚ ਦਿਆਂ ਬਈ ਉਹਨੇ ਕਿਹਾ ਛਾਰਜਾ ਮੁੰਡਾ ਜਿਹੜਾ ਕੰਮ ਕਰਦਾ ਸੀ ਉੱਤੇ ਮੈਂ ਪਰਜਾ ਕਰਾਤਾ ਛੋਟਾ ਜਿਹਾ ਸੀ ਜਦੋਂ ਮੇਰੇ ਕੋ ਕੰਮ ਤੇ ਆਇਆ ਹੁਣ ਗੱਲ ਇਹ ਹੈ ਨਵੇਂ ਲੋਰ ਉਹਨਾਂ ਨੇ ਜਾ ਕੇ ਗੱਡੀ ਰੋਕੀ ਐ ਜਾ ਕੇ ਉੱਤਰ ਕੇ ਮੈਨੂੰ ਇੱਕ ਕਮਰੇ 'ਚ ਬੰਦ ਕਰਤਾ ਮੈਨੂੰ ਉਹਨਾਂ ਨੇ ਕੁੱਟਿਆ ਮਾਰਿਆ ਚੰਗਾ ਕਿਉਂਕਿ ਮੇਰੇ ਅੱਠ ਭੈਣ ਭਰਾ ਨੇ ਲੋ ਜਿਨ੍ਹਾਂ ਦੇ ਵਿੱਚੋਂ ਮੈਂ ਪਰਚਾ ਸ਼ਾਰਜ ਵਾਲੇ ਮੁੰਡੇ ਦੇ ਕਰਾਇਆ ਉਹਨੇ ਮੈਨੂੰ ਧਮਕੀ ਦਿੱਤੀ ਕਿ ਤੂੰ ਪਾਕਿਸਤਾਨ ਆ ਤੈਨ ਮੈਂ ਛੱਡਣਾ ਨਹੀਂ ਮੈਨੂੰ ਲੈ ਕੇ ਨਵੇਂ ਲਾਹੌਰੋਂ ਉੱਥੇ ਕਹਿੰਦੇ ਨਿਕਲ ਬਾਹਰ ਅੱਠ ਭੈਣ ਭਰਾ ਦੋ ਛੋਟੇ ਨੇ ਆਸ਼ਕ ਦੁਆ ਕਰ ਲਈਏ ਯਾ ਅੱਲਾ ਸਾਨੂੰ ਤੈਨੂੰ ਕੱਲੇ ਨੂੰ ਹੀ ਚੁੱਕ ਲਵੇ ਕਿਤੇ ਮੈਂ ਤਾਂ ਕਾਫੀ ਢੇਰ ਕ ਮੈਂ ਚੁੱਕਿਆ ਗਿਆ ਹਾਂ ਇਹ ਕੀ ਹੋ ਰਹਾ ਦੇਖੋ ਜੀ ਇਹ ਬੁਟਾ ਹੀ ਗੱਲ ਇਹ ਹੈ ਕਿ ਇੱਕ ਪੁਲਿਸ ਵਾਲੇ ਨੂੰ ਜਦੋਂ ਦੂਸਰੇ ਪੁਲਿਸ ਵਾਲਾ ਡਿਊਟੀ ਲਾਵੇ ਕਿ ਇਹ ਮੁਲਜ਼ਮ ਆਇਆ ਤਾਂ ਰਖਵਾਲੀ ਕਰਨੀ ਹੈ ਇਹ ਜੁਰਮ ਸਾਬਤ ਹੋ ਗਿਆ ਇਹਨੂੰ ਤਾਂ ਛੱਡਣਾ ਨਹੀਂ ਇਹਦੇ ਬਾਵਜੂਦ ਅਗਰ ਉਹ ਪੈਸੇ ਲੈ ਕੇ ਮੁਲਜ਼ਮ ਨੂੰ ਫਰਾਰ ਕਰਵਾ ਦਿੰਦਾ ਤਾਂ ਇਹ ਵੀ ਬੜਾ ਵੱਡਾ ਜੁਰਮ ਆ ਇਹਨਾਂ ਦਾ ਜਿਹੜਾ ਅਸਲ ਮਸਲਾ ਹੈਗਾ ਨਾ ਜੀ ਉਹ ਤੁਹਾਨੂੰ ਸਿੱਧੀ ਜਰਾ ਮੈਨੂੰ ਸਮਝ ਨਹੀਂ ਆ ਰਿਹਾ ਮੈਨੂੰ ਸਿਰਫ ਇਹ ਸਮਝ ਆਈ ਆ ਕਿ ਇਹਨਾਂ ਦੇ ਵਾਲਦ ਸਾਹਿਬ ਨੇ ਦੋ ਸ਼ਾਦੀਆਂ ਕੀਤੀਆਂ ਸੀ ਆਠ ਇਹਨਾਂ ਦੇ ਮੁਲਾਜ਼ਮ ਸੀ ਛਾਰਜਾ ਇਹਨਾਂ ਨੇ ਆਪਣੇ ਛੋਟੇ ਭਰਾ ਨੂੰ ਦੇ ਦਿੱਤਾ ਔਰ ਇਹਨਾਂ ਨੇ ਜਿਹੜਾ ਕੇਸ ਕੀਤਾ ਸੀ ਉਥੇ ਜਾ ਕੇ ਆਪਣੇ ਪਿਓ ਤੇ ਇਹਨਾਂ ਦੇ ਬਾਪ ਨੇ ਜਿਹੜੀ ਚੋਰੀ ਕੀਤੀ ਉਥੇ ਜਾ ਕੇ ਉਥੋਂ ਆ ਕੇ ਉਹਨਾਂ ਨੇ ਅਗਵਾ ਇਹਨਾਂ ਨੂੰ ਜਿਹੜਾ ਕਰ ਲਿਆ ਉਤੋਂ ਇਹਨਾਂ ਦੇ ਅੱਠ ਜਿਹੜੇ ਤੁਹਾਡੇ ਭੈਣ ਭਰਾ ਨੇ ਉਹ ਤੁਹਾਡੀ ਅੰਮੀ ਪਹਿਲੀ ਜੋ ਨਹੀਂ ਹਾਂਜੀ ਨਹੀਂ ਤੁਸੀਂ ਆਪਣੇ ਅਠਾ ਭਰਾਵਾਂ ਨੂੰ ਸ਼ਾਰਜਾ ਕੰਮ ਤੇ ਰੱਖਿਆ ਉਹਨਾਂ ਜੋ ਇੱਕ ਨੇ ਚੋਰੀ ਕੀਤੀ ਤੁਸੀਂ ਅਗਵਾ ਵਾਲੇ ਜਿਹੜੇ ਤਿੰਨ ਬੰਦੇ ਸੀ ਉਹਨਾਂ ਨੇ ਤੁਹਾਨੂੰ ਚਪੇੜਾਂ ਮਾਰੀਆਂ ਫੜ ਗਏ ਤੁਸੀਂ ਉਹਨਾਂ ਦੀ ਗੱਡੀ 'ਚ ਬਹਿ ਗਏ ਇਹਦੇ 'ਚ ਮੈਨੂੰ ਸਾਰਾ ਕਸੂਰ ਤੁਹਾਡਾ ਲੱਗ ਰਿਹਾ ਹੈ ਤੁਸੀਂ ਆਪਣੇ ਅੱਬੇ ਦੇ ਸ਼ਾਰਜਾ ਜਦੋਂ ਪਰਚਾ ਕਰਾਇਆ ਤੇ 8 ਭਾਂਣ ਭਰਾ ਤੇ ਤੁਹਾਡੇ ਹੋਣਾ ਹੀ ਸੀ ਫਿਰ ਹਾਂਜੀ ਕੀ ਕਿਹਾ ਹਾਂਜੀ ਇਹ ਉਹ ਮੇਰੇ ਆਸਤੇ ਘੱਟ ਸੀਗਾ ਮੈਨੂੰ ਅਸਲ ਜਿ ਸਮਝ ਆਈ ਕਿ ਇਹਨਾਂ ਨੂੰ ਸਮਝਾਉਣਾ ਕਿਦਾਂ 8 ਜਣਿਆਂ ਨੇ ਅਗਵਾ ਕੀਤਾ ਇੱਕ ਇਹਨਾਂ ਦਾ ਮੁਲਾਜ਼ਮ ਸੀ ਜਿਹਦੇ ਵਿੱਚੋਂ ਇਹ ਪੈਦਾ ਹੋਏ ਮੈਨੂੰ ਪਹੁੰਚਾ ਘੜਾਉਣ ਲੱਗ ਪਿਆ ਹੈਲੋ ਅਸਲਾਮੁਅਲੈਕਮ ਅਬਲਾਓ ਅਸਲਾਮੁਅਲੈਕਮ ਵੈਲਕਮ ਸਲਾਮ ਮਕਸੂਦ ਖਖੇਰਾ ਗੱਲ ਕਰ ਰਹੇ ਹਾਂ ਜੀ ਜੀ ਜਨਾਬ ਖਖੇਰਾ ਜੀ ਖਖੇਰਾ ਗੱਲ ਕਰ ਰਿਹਾ ਖਖੇੜਾ ਸਾਫੂ ਕਾ ਬੁਟਾਈ ਮੇਰੇ ਵਾਲਦ ਸਾਹਿਬ ਦੀ ਅੱਲਾ ਦਾ ਸ਼ੁਕਰ ਯਾਰ ਹੁਣ ਮੈਂ ਕਿਧਰ ਹਾਲ ਪੁੱਛਿਆ ਐਵੇਂ ਮਾਰੀ ਜਾਂਦਾ ਹਾਂ ਯਾਰ ਗੱਲ ਤੇ ਸੁਣ ਲੈ ਅੱਲਾ ਦੇ ਬੰਦੇ ਮੇਰੇ ਮੇਰੇ ਵਾਲਦ ਸਾਹਿਬ ਦੀ ਪ੍ਰਾਪਰਟੀ ਕਾਫੀ ਜ਼ਿਆਦਾ ਹੈ ਅਸੀਂ ਪ੍ਰਾਪਰਟੀ ਵੇਚ ਕੇ ਹਿੱਸੇ ਵੰਡਣ ਦੀ ਜਦੋਂ ਸਾਰੀ ਕੀਤੀ ਗੱਲਬਾਤ ਤੇ ਇੱਕ ਬੰਦਾ ਆਇਆ ਇੱਕ ਮੁੰਡਾ ਆਇਆ ਕਹਿੰਦਾ ਜੀ ਮੈਂ ਵੀ ਤੁਹਾਡਾ ਭਰਾ ਹਾਂ ਤੁਹਾਡੇ ਵਾਲਦ ਸਾਹਿਬ ਦਾ ਬੇਟਾ ਅੱਖ ਅਸੀਂ ਹੈਰਾਨ ਹੋ ਗਏ ਵਾਲਾ ਸਾਬ ਨੂੰ ਪੁੱਛਿਆ ਉਹਨਾਂ ਨੇ ਵੀ ਸਿਰ ਥੱਲੇ ਕਰਕੇ ਮਾੜੀ ਜੀ ਹਾਂ ਕਰ ਦਿੱਤੀ ਕਹਿੰਦੇ ਵੀ ਆਹੋ ਅਗਲਾ ਦਿਨ ਅਗਲਾ ਦਿਨ ਚੜਿਆ ਫਿਰ ਜਦੋਂ ਪੰਚਾਇਤ ਬੈਠੀ ਕਿ ਕਿਦਾਂ ਹਿੱਸੇ ਕਰਨੇ ਦੋ ਮੁੰਡੇ ਹੋਰ ਆ ਗਏ ਨਾਲ ਉਹਨਾਂ ਦੇ ਇੱਕ ਕੁੜੀ ਜਵਾਨ ਮੁੰਡੇ ਚੰਗੇ ਭਲੇ ਮੁੰਡੇ ਹਾਂਜੀ ਦੋ ਜਵਾਨ ਮੁੰਡੇ ਨਾਲ ਇੱਕ ਕੁੜੀ ਉਹਨਾਂ ਦੇ ਹਾਂ ਕਿ ਅਸੀਂ ਵੀ ਜੀ ਤੁਹਾਡੇ ਭਰਾਵਾਂ ਭੈਣਾਂ ਵਾਂ ਭੈਣਾਂ ਤੇ ਭਰਾਵਾਂ ਸਾਡਾ ਵੀ ਜਨਾਬ ਹਿੱਸਾ ਬਣਦਾ ਅਸੀਂ ਆਪਣੇ ਵਾਲਾ ਸਾਬ ਵੱਲ ਵੇਖਿਆ ਕਿ ਯਾਰੇ ਕੀ ਹੁੰਦੇ ਆ ਉਹਨਾਂ ਨੇ ਬੜਾ ਸ਼ਰਮਿੰਦਾ ਜਿਹਾ ਮੂੰਹ ਕਰਕੇ ਥੱਲੇ ਨੀ ਮੂੰਹ ਕਰ ਲਿਆ ਮਤਲਬ ਕਿ ਹਾਂ ਭਈ ਠੀਕ ਆ ਉਹ ਦੋ ਕ ਦਿਨ ਨੰਗੇ ਅਸੀਂ ਫੇਰ ਮਤਲਬ ਬੈਠੇ ਜਦੋਂ ਤੇ ਜਨਾਬ ਨਿਕੇ ਨਿਕੇ ਦੋ ਬੱਚੇ ਨਾਲ ਇੱਕ ਬੁੱਢੀ ਉਹ ਆ ਗਈ ਜੀ ਕਿ ਸਾਡਾ ਵੀ ਹਿੱਸਾ ਪੰਦਾ ਆਪਣੇ ਵਾਲਾ ਸਾਹਿਬ ਨੂੰ ਪੁੱਛੋ ਜੀ ਅਸੀਂ ਵਾਲਾ ਸਾਹਿਬ ਵੱਲ ਵੇਖਿਆ ਵਾਲਾ ਸਾਹਿਬ ਨੇ ਬੱਚਿਆਂ ਵੱਲ ਵੇਖਿਆ ਬੱਚਿਆਂ ਨੇ ਵਾਲਾ ਸਾਹਿਬ ਵੱਲ ਵੇਖਿਆ ਵਾਲਾ ਸਾਹਿਬ ਨੇ ਸਾਡੇ ਵੱਲ ਵੇਖਿਆ ਅਸੀਂ ਫੇਰ ਦੋਵਾਂ ਵੱਲ ਵੇਖਿਆ ਸਾਰੇ ਨੇ ਫਿਰ ਇੱਕ ਦੂਜੇ ਦੇ ਮੂੰਹਾਂ ਵੱਲ ਵੇਖਿਆ ਅਸੀਂ ਕਹਾਂ ਚਲੋ ਠੀਕ ਆ ਵੀ ਪ੍ਰਾਪਰਟੀ ਬਹੁਤ ਜ਼ਿਆਦਾ ਚਲੋ ਕੋਈ ਨਹੀਂ ਖੈਰ ਹੁਣ ਵਾਲਾ ਸਾਹਿਬ ਨੇ ਕੀ ਕਰੀਏ ਹਾਲਾਕੇ ਘਰ ਨਹੀਂ ਸੀ ਰਹਿੰਦੇ ਵਾਲਦ ਸਾਹਿਬ ਮਤਲਬ ਵਾਲਦ ਸਾਹਿਬ ਜ਼ਿਆਦਾਤਰ ਬਾਹਰ ਹੀ ਰਹਿੰਦੇ ਸੀ ਬਾਹਰ ਨਹੀਂ ਸੀ ਰਹਿੰਦੇ ਕਿਸੇ ਨਾ ਕਿਸੇ ਦੇ ਘਰ ਹੀ ਰਹਿੰਦੇ ਸੀ ਆ ਚਲੋ ਮੈਨੂੰ ਇਹ ਦੱਸੋ ਵੀ ਉਹਨੇ ਕਿੱਦਾਂ ਵੰਡੀਆਂ ਪੈਣਗੀਆਂ ਵਨਸਵਨੇ ਬੱਚੇ ਲੈਦਾਂ ਲੈਦਾਂ ਨਸਲਾਂ ਦੇ ਲੈਦਾਂ ਲੈਦਾਂ ਉਮਰਾਂ ਦੇ ਬੁੱਢੀਆਂ ਹੋਰ ਬੱਚੇ ਹੋਰ ਕੀ ਕਰਨਾ ਹੁਣ ਆਸ਼ਿਕ ਸਾਹਿਬ ਬੜੀ ਪਰੇਸ਼ਾਨੀ ਬਣੀ ਬੂਟਾ ਜੀ ਆਪਣੇ ਜਿਹੜੀ ਜੀ ਤੁਸੀਂ ਜ਼ਾਇਦਾ ਦਾ ਉਹ ਬਾਅਦ ਚ ਵੰਡ ਲੈਣਾ ਪਹਿਲੇ ਆਪਣੇ ਵਾਲਦ ਸਾਹਿਬ ਦਾ ਪਤਾ ਕਰੋ ਵੀ ਉਹਨਾਂ ਦੀਆਂ ਕਿੱਥੇ ਕਿੱਥੇ ਜ਼ਮੀਨਾਂ ਨੇ ਔਰ ਕਿਹੜੀ-ਕਿਹੜੀ ਜ਼ਮੀਨ ਜੋ ਕਿਹੜਾ-ਕਿਹੜਾ ਉਹਨਾਂ ਨੇ ਫਸਲ ਉਗਾਇਆ ਹੈ ਪਹਿਲੇ ਉਹ ਸਾਰਾ ਇਕੱਠਾ ਕਰ ਲੋ ਨਾ ਤੁਸੀਂ ਤੁਸੀਂ ਸੇਵਾਂਡ ਲੋ ਮੁੜ ਕੇ ਦੋ ਜਣੇ ਹੋਰ ਆ ਜਾਣ ਫਿਰ ਐਂ ਦੇ ਰੋਲਾ ਬਣੇ ਸਾਰਾ ਹਿਸਾਬ ਦੁਬਾਰਾ ਕਰਨਾ ਪਵੇ ਔਰ ਇਹ ਤੁਹਾਡੇ ਵਾਲਦ ਸਾਹਿਬ ਦੀ ਪ੍ਰਾਪਰਟੀ ਉਹਨਾਂ ਦਾ ਸਾਰਾ ਕੁਝ ਆ ਤੁਹਾਡਾ ਨਹੀਂ ਗਿਲਾ ਬਣਦਾ ਸਾਡਾ ਜੀ ਗਿਲਾ ਤੇ ਨਹੀਂ ਬਣਦਾ ਲੇਕਿਨ ਸਾਡਾ ਸਾਡੇ ਭੈਣ ਭਰਾ ਐਨੇ ਬਣ ਗਏ ਖੇਹਰਾ ਸਾਹਿਬ ਪਹਿਲੇ ਆਪਣੇ ਵਾਲਦ ਸਾਹਿਬ ਨੂੰ ਪਿਆਰ ਦੇ ਨਾਲ ਪੁੱਛੋ ਜਨਾਬ ਬੜੀ ਦਫਾ ਪੁੱਛਿਆ ਬਿਠਾ ਕੇ ਪਿਆਰ ਨਾਲ ਪੁੱਛਿਆ ਤੁਸੀਂ ਗੱਲ ਸੁਣੋ ਅਸੀਂ ਉਹਨਾਂ ਨੂੰ ਪਿਆਰ ਪਿਆਰ ਨਾਲ ਪੁੱਛੀ ਤਾਂ ਉਹ ਕਿਸੇ ਨਾ ਕਿਸੇ ਪਿਆਰ ਦਾ ਦੱਸ ਦਿੰਦੇ ਸਭ ਤੋਂ ਪਹਿਲੇ ਆਪਣੀਆਂ ਅੰਮੀਆਂ ਦਾ ਪਤਾ ਕਰੋ ਵੀ ਕਿੱਥੇ ਕਿੱਥੇ ਪਾਈਆਂ ਜਾ ਰਹੀ ਉਸ ਤੋਂ ਬਾਅਦ ਫੀ ਅੰਮੀ ਦੀ ਪੈਦਾਵਾਰ ਗਿਣੋ ਵੀ ਕਿੰਨੀ ਕਿੰਨੀ ਹੋਈ ਹੈ ਆਪਣੇ ਭੈਣ ਭਰਾ ਸਾਰੇ ਗਿਣਤੀ ਚ ਲਿਆਓ ਫਿਰ ਜਾਇਦਾਦ ਦਾ ਮੋਲ ਲਵਾਓ ਤਾਂ ਫਿਰ ਦੇਖੋ ਵੀ ਕਿੰਨਾ ਕਿੰਨਾ ਹਿੱਸਾ ਬਣਦਾ ਆਓ ਯਾਰ ਪਿਓ ਦੀ ਪ੍ਰਾਪਰਟੀ ਜੋ ਮਰਜੀ ਅਗਲਾ ਨਹੀਂ ਜੀ ਨਹੀਂ ਬੂਟਾ ਜੀ ਇਹ ਕੋਈ ਟੈਨਸ਼ਨ ਨਹੀਂ ਹੈਗੀ ਸਾਨੂੰ ਅੱਲਾ ਦਾ ਸ਼ੁਕਰ ਹੈ ਜ਼ਮੀਨਾਂ ਆਪਾ ਜੀ ਦੀਆਂ ਬਹੁਤ ਜ਼ਮੀਨਾਂ ਦੀ ਤਾਂ ਟੈਨਸ਼ਨ ਹੀ ਨਹੀਂ ਲੈ ਬੇਟਾ ਜੀ ਜ਼ਮੀਨਾਂ ਤੁਹਾਡੇ ਵਾਲਦ ਸਾਹਿਬ ਦੀਆਂ ਬਹੁਤ ਨੇ ਤੇ ਉਸ ਹਿਸਾਬ ਨਾਲ ਉਹਨਾਂ ਨੇ ਕਿਸਾਨ ਵੀ ਉਹਨੇ ਕਿ ਪੈਦਾ ਕਰ ਲੈਨੇ ਔਰ ਹਰ ਕਿਸਾਨ ਦੇ ਜ਼ਿੰਮੇਦਾਰ ਉਹ ਆਪ ਨੇ ਅਕਸਰ ਬਸਾਂ 'ਚ ਲਿਖਿਆ ਹੁੰਦਾ ਸਵਾਰੀ ਆਪਣੇ ਕਿਸਾਨ ਕੀ ਹਫਾਜ਼ਤ ਖੁਦ ਕਰੇ ਕਿਸਾਨ ਕੀ ਸੂਰਤ ਮੇ ਡਾਕਟਰ ਸੇ ਰੁਜੂ ਕਰੇ ਔਰ ਧਿਆਨ ਰੱਖਣਾ ਤੁਹਾਨੂੰ ਕੋਈ ਕਿਸਾਨ ਨਾ ਠਾਉਣਾ ਪੈ ਜੇ ਨਹੀਂ ਜੀ ਵਿੱਚ ਨਹੀਂ ਕਿ ਨਹੀਂ ਕਿ ਵੀ ਨੇ ਉਠਾਉਣੇ ਵੀ ਪੈਣੇ ਨੇ ਕਈ ਤੁਸੀਂ ਮੈਨੂੰ ਤੁਸੀਂ ਮੈਨੂੰ ਤੁਸੀਂ ਸਿਰਫ ਇਹ ਦੱਸੋ ਯਾਰ ਅਸੀਂ ਤੇ ਇਹਨੂੰ ਸਾਰਾ ਕੁਝ ਦੱਸੀ ਜਾਈਏ ਤੂੰ ਆਪਣੇ ਵਾਲਦ ਸਾਹਿਬ ਕੋ ਵਿਹਲਾ ਬਹਿ ਕੇ ਪੁੱਛ ਮੈਂ ਰੋਜ਼ ਇੱਕ ਨਏ ਭਾਈ ਕੀ ਰਾਹ ਤੱਕ ਤਾ ਹੂੰ ਉਹ ਤੱਕਦਾ ਰਿਹਾ ਭਾਈ ਸਾਡਾ ਹੁਣ ਕਾਹਤੋਂ ਦਿਮਾਗਾਂ ਵਿੱਚ ਖਾਈ ਜਾਂਦੇ ਆ ਯਾਰ ਇੰਨੀ ਜ਼ਿਆਦਾ ਗੱਲ ਨਾ ਕਰ ਮੈਨੂੰ ਤੇ ਹੌਲੀ ਹੌਲੀ ਇਹ ਵੀ ਸ਼ੱਕ ਪੈਣ ਲੱਗ ਪਿਆ ਕਿ ਭਾਈ ਕਿਤੇ ਬੂਟਾ ਵੀ ਕਿਤੇ ਤੇਰੇ ਅੱਬੇ ਦਾ ਪੁੱਤਰ ਨਹੀਂ ਚਲੋ ਹੁਣ ਪ੍ਰੋਗਰਾਮ ਆਪਣਾ ਅਸੀਂ ਸਾਨੂੰ ਪ੍ਰੋਗਰਾਮ ਆਪਣਾ ਅਗਲਾ ਕਰਨ ਦਿਓ ਤੇ ਤੁਸੀਂ ਆਪਣੇ ਅੱਬੇ ਦੀ ਮਜ਼ੀਦ ਫੋਲਾ ਫਲੀ ਕਰੋ ਅਛਕ ਬਕਵਾਸ ਬੰਦ ਕਰੋ ਇਹ ਬੰਦਾ ਮਾਰੇ ਪਾਸ ਬੈਠਾ ਹੋਆ ਹੈ ਹਾਂਜੀ ਤੁਸੀਂ ਜਨਾਬ ਇਹ ਵਾਲਾ ਸਾਹਿਬ ਨੂੰ ਪੁੱਛੋ ਕਿੱਥੇ ਕਿੱਥੇ ਉਹ ਖੇਤੀ ਬਾੜੀ ਕਰਦੇ ਰਹੇ ਨੇ ਬਲਕਿ ਕਿੱਥੇ ਕਿੱਥੇ ਖੇਤੀ ਬਾੜੋ ਬਾੜੀ ਕਰਦੇ ਰਹੇ ਨੇ ਸਾਰਾ ਕੁਝ ਜਾਣ ਦਿਓ ਆਸ਼ਿਕ ਸਾਹਿਬ ਜੋ ਵੀ ਆ ਬਾਪ ਬਾਪ ਹੀ ਹੁੰਦਾ ਸਾਡਾ ਪਿਓ ਆ ਜ਼ਮੀਨਾਂ ਬਹੁਤ ਨੇ ਭਾਜਣ ਪਿਓ ਪਿਓ ਹੀ ਹੁੰਦਾ ਲੇਕਿਨ 2 4 5 7 10 ਜਾਣਿਆਂ ਦਾ ਹੋਵੇ ਤੇ ਫੇਰ ਵੀ ਹੈ ਨਾ ਯਾਰ ਆ ਇਹ ਵੀ ਗੱਲ ਤੁਹਾਡੀ ਸਹੀ ਹੈ ਚਲੋ ਵਾਲਦ ਹਾਫਿਜ਼ ਜੀ ਜੀ ਅੱਲਾਹ ਹਾਫਿਜ਼ ਹੈ ਜੀ ਹਾਂ ਜੀ ਨਿਕਲੋ ਬੋਡਾਈ ਮੈਂ ਤੇ ਬਹੁਤ ਜਿਆਦਾ ਟੈਨਸ਼ਨ ਜਾਈ ਕਿਹਦੀ ਵਜ੍ਹਾ ਤੋਂ ਕੁੜੀਆਂ ਔਰ ਜਿਹੜੇ ਬਾਕੀ ਭਰਾ ਉਹ ਯਾਰ ਤੇਰੀ ਮਿਹਰਬਾਨੀ ਓਏ ਅਗਵਾਜ ਜਦੋਂ ਕਰਕੇ ਲੈ ਕੇ ਭਾਗ ਗਏ ਓ ਯਾਰ ਤੈਨੂੰ ਖੁਦਾ ਦਾ ਵਾਸਤਾ ਯਾਰ ਪਰ ਜਾ ਮੈਂ ਕਰਾ ਕੇ ਗਲਤੀ ਕੀਤੀ ਕਿਹੜੀ ਉਡੀ ਕਾ ਉਡਾ ਤੋਤਾ ਉਡਾ ਮੇਰਾ ਦਿਮਾਗ ਉਡਾ ਤੁਹਾਡੀ ਤਵਜੋ ਮੇਰੇ ਵੱਲ ਨਹੀਂ ਹੈਗੀ ਮੈਂ ਪਾਗਲਾ ਤੇ ਫੇ ਮੈਂ ਪਾਗਲਾ ਨਹੀਂ ਮੈਂ ਪਾਗਲਾ ਤੁਹਾਡੀ ਸ਼ਕਲ ਨੁਸ਼ਰ ਤਫਤਲੀ ਸਾਹਿਬ ਇਹ ਮੈਨੂੰ ਬੜਿਆ ਲੋਕਾਂ ਨੇ ਕਿਹਾ ਹੈ ਮੇਰੀ ਸ਼ਕਲ ਮਿਲਦੀ ਹੈ ਇਹ ਉਦੋਂ ਨਹੀਂ ਮਿਲਣ ਲੱਗੀ ਜਦੋਂ ਮੈਂ ਮੈਂ ਮੁੰਡੇ ਨੂੰ ਸ਼ਾਰਜਾ ਕੰਮ ਤੇ ਜਦੋਂ ਮੈਂ ਪਰਚਾ ਉੱਤੇ ਕਰਾਇਆ ਹੈ ਨਾ ਉਹ ਤੇੜੀ ਮੋ ਗਾਲ ਲਾ ਮੈਨੂੰ ਕੱਢਣਾ ਮੈਨੂੰ ਅੱਗੇ ਬਹੁਤ ਗੱਡੀਆਂ ਨੇ ਜਿਨਾਂ ਨੇ ਗਵਾਹੀ ਦਿੱਤਾ ਅੱਛਾ ਸੌਰੀ ਚਲੋ ਸਾਰੀਆਂ ਗੱਲਾਂ ਛੱਡਦੇ ਹਾਂ ਡਾਇਰੈਕਟ ਮੁੱਦੇ ਤੇ ਆਉਂਦੇ ਹਾਂ ਅਸਲ ਗੱਲ ਪਤਾ ਕੀ ਬੁਟਾਈ ਓਕੇ 50 ਸਾਲ ਦੀ ਮਾਂ ਛੋਟੀ ਹੋਵੇ ਨਾ ਉਹਦੇ ਚੋ ਅੱਠ ਭੈਣਾ ਭਰਾ ਵੀ ਹੋਣ ਤੁਸੀਂ ਸੌਂਦੇ ਅੱਛਾ ਹੁਣ ਅਸੀਂ ਸੌਈਆਂ ਵੀ ਨਾ ਨਹੀਂ ਨਹੀਂ ਸੌਜੋ ਲੇਕਿਨ ਗੱਲ ਸੁਣ ਲਓ ਉਹ ਮੇਰੇ ਵਾਲਾ ਸਾਹਿਬ ਦੇ ਨਾ ਸੀ ਮਿਲチェ ਛੋਟੇ ਛੇ ਵਾਲਾ ਸਾਹਿਬ ਕੇ ਬਾਤ ਮੇਰੇ ਸਾਥ ਰਹੀ ਹੈ ਚਲੋ ਬੁਟਾਈ ਹਲੋ ਹਲੋ ਜਨਾਬੇ ਸ਼ੇਖ ਹਿਚਕੀ ਸਾਹਿਬ ਚਲੋ ਸ਼ੁਰੂ ਕਰੋ ਤੇ ਹੁਣ ਵਾਪਸ ਆਏ ਆ ਤੁਸੀਂ ਚੱਲੇ ਨਹੀਂ ਜੇ ਯਾਦ ਰੱਖਣਾ ਵੈਲਕਮ ਬੈਕ ਟੂ ਦੀ ਸ਼ੋਅ ਇੱਕ ਮਿੰਟ ਇੱਕ ਮਿੰਟ ਇਧਰ ਮਸਲਾ ਬਣ ਗਿਆ ਕੋ ਥੋੜਾ ਜਿਹਾ ਤੁਸੀਂ ਹੁਣ ਇਧਰ ਦੋ ਚਾਰ ਹਿਚਕੀਆਂ ਲੈ ਲਓ ਇੱਕ ਮਿੰਟ ਬੁਟਾਈ ਮਰ ਗਿਆ ਉਹ ਨਹੀਂ ਯਾਰ ਇੱਕ ਮਿੰਟ ਠਹਿਰ ਜਾ ਚਲੋ ओके okay, शुरू करो मेरा छोटा भाई सलीम है आ लो और न सी मैं जड़े ओथे सी यार उसकी मौजूद है पेशेंट कोई आ कुछ अंदर से हिले वो नहीं है यार बूठे आप मुझे यह बताएं भाई आपका उधर से जो है वो आपने अपने बाप को लेके आठ भाइयों के साथ अगवा आप दोनों हो गए शाबाश ਆਪ ਤੋਂ ਓਏ ਕੀ ਆ ਮੈਂ ਤਾਂ ਦੱਸਦਾ ਐਫ ਆਰ ਜਿਹੜੀ ਮੈਂ ਆ ਕੇ 64 ਦਾ ਬਿਆਨ ਮੈਂ ਦਿੱਤਾ ਸੀ ਆ ਕੇ ਵਾਪਸ ਸੌਰੀ 63 ਕਾ ਪਤਾ ਨਹੀਂ 62 ਕਾ ਸੀ 78 ਦਾ 78 ਕਾਸੜ ਕਾਸੜ ਕਾ ਸੀ 98 58 ਕਾ 58 ਦਾ ਸੀ ਗਵਨ ਨਹੀਂ ਮੇਰਾ ਖਿਆਲ ਮੈਂ ਘੁੰਮ ਗਿਆ ਯਾਰ ਮੈਂ ਕਦਾ ਮੈਨੂੰ ਖਪਾਤਾ ਤੂੰ ਮਾਂ ਕੀ ਕਹਿਆ ਯਾਰ ਯਾਰ ਹੁਣ ਚੁੱਪ ਕਰਕੇ ਬੈਂ ਤੂੰ ਤੇਰੀ ਹੁਣ ਆਵਾਜ਼ ਮੈਨੂੰ ਆਈ ਨਾ ਤਾਂ ਮੈਂ ਤੇਰੇ ਉੱਪਰ ਉੱਪਰ ਕੇ ਟਕਰਾਂ ਮਾਰਾਂਗਾ ਮੈਂ ਦੱਸਾ ਮੇਰੀ ਜ਼ਿੰਦਗੀ ਦਾ ਆ ਤੇ ਲੱਗੀ ਤੇਰੀ ਮਿੰਟਕ ਬਾਅਦ ਅੱਖ ਲੱਗੀ ਜਾਂਦੀ ਅੱਠ ਭੈਣ ਭਰਾ ਉਸਤੇਲੇ ਮੇਰੇ ਸਿਰ ਤੇ ਬਾਤ ਤੇ ਅਗਲੇ ਕਹਿੰਦੇ ਜਾ ਇਹਨਾਂ ਨੂੰ ਪਾਲ ਮੈਂ ਕਹਾ ਮੈਂ ਕੀ ਕਰਾਂ ਜਦੋਂ ਪਰਚਾ ਜੂ ਮੈਂ ਉੱਤੇ ਕਰਾਤਾ ਤੇ ਮੈਨੂੰ ਗਵਾਦ ਮੈਂ ਹੋਣਾ ਹੀ ਸੀ ਪੰਛੀ ਬਣ ਗਏ ਮੈਂ ਪੰਛੀ ਬਣ ਕੇ ਉਧਰੋਂ ਆਣ ਉਹ ਆ ਜਨਾ ਇੱਥੇ ਕੇਸ ਲੜਨ ਆਇਆ ਉਹਥੇ ਮੇਰੇ ਕੰਮ ਜਿਹੜਾ ਵਿਹਲਾ ਬੰਦਿਆ ਉਥੇ ਇੱਕ ਮੁਲਾਜ਼ਮ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ ਮੈਂ ਉਹਦੇ ਉੱਤੇ ਪਰਚਾ ਕਰਾਇਆ ਮੇਰੀ ਦੁਕਾਨ ਉੱਥੇ ਪਿੱਛੋਂ ਬੰਦ ਪਈ ਤੈਨੂੰ ਮੇਰੀ ਸਮਝ ਨਹੀਂ ਆ ਰਹੀ ਮੇਰੀ ਮਾਂ ਨੇ ਕੱਲਾ ਮੈਨੂੰ ਜਮਿਆ ਇਹ ਚ ਮੇਰਾ ਦੱਸੋ ਮੇਰਾ ਇਹਦੇ ਵਿੱਚ ਕੀ ਕਸੂਰ ਆ ਮੈਂ ਉਹਨੂੰ ਕਿਹਾ ਸੀ ਬੋਰਨਾ ਜੰਮੀ ਭਾਈ ਮਾਫੀ ਦੇ ਦੇ ਪਾਯਾ ਨੇ ਕਿ ਆਪਣੇ ਮੇਰੀ ਗੱਲ ਸੁਣੋ ਅਸਰ ਗੱਲ ਤੁਹਾਨੂੰ ਜਨਾ ਮੈਂ ਸਮਝਾਉਣਾ ਐ ਵਜ਼ੀਰ ਸ਼ਾਰਜਾਲਾ ਜਿਹੜਾ ਕੇਸ ਪਰਚੇ ਵਾਲਾ ਉਹ ਤੇ ਤੁਸੀਂ ਭੁੱਲ ਜਾਉਣਾ ਕਿੱਦਾਂ ਭੁੱਲ ਜਾਵਾਂ ਯਾਰ ਮੈਂ ਬਾਜੀ ਉੱਤੇ ਬਾਤ ਚੋਣੇ ਨਾ ਪਹਿਲੇ ਗੱਲ ਕਰ ਲਈਏ ਦੂਜੀ ਐ ਇੱਕ ਮਸਾਲ ਇੱਥੇ ਕੱਪ ਪਿਆ ਉਹ ਇੱਕ ਮਸਾਲਾ ਬੂਟਾ ਉੱਤੇ ਬੈਠਾ ਤੇ ਮੈਂ ਜਿਹੜਾ ਇੱਥੇ ਬੈਠਾ ਮੈਂ ਉਹੀ ਦੱਸਣ ਲੱਗਾ ਨਾ ਜਨਾਬ ਮੈਂ ਉਹੀ ਤੁਹਾਨੂੰ ਦੱਸਣ ਲੱਗਾ ਤੁਸੀਂ ਗੁੱਸਾ ਕਰਕੇ ਇੱਕਦਮ ਗੱਲ ਤਹਮਮਲ ਮਜ਼ਾਜੀ ਦੇ ਨਾਲ ਅਸੀਂ ਸੁਣੀ ਹੈ ਨਾ ਦੇਖੋ ਤੁਹਾਡੇ ਵਾਲਾ ਸਾਹਿਬ ਨੇ ਕੀ ਕਰਨਾ ਸੀ ਐਦੀ ਸ਼ਕਲ ਦੇਖੋ ਇਹਦੇ ਵਾਲਾ ਸਾਹਿਬ ਨੇ ਕੀ ਕੀਤਾ ਸਾਡੇ ਸਿਰ ਤੇ ਕਿੱਡੀ ਵੱਡੀ ਬੁਰਾਈ ਪੈਦਾ ਕਰਕੇ ਸਾਡੇ ਸਿਰ ਦੇ ਉੱਤੇ ਉਹਨਾਂ ਨੇ ਛੱਡ ਦਿੱਤੀ ਲੇਕਿਨ ਅਸੀਂ ਬਰਦਾਸ਼ਤ ਕਰਨ ਦੇ ਆਣਾ ਸੀ ਤੁਹਾਡੀ ਜਿਹੜੀ والدہ ਛੋਟੀ ਜਿਹੜੀ 50 ਸਾਲ ਛੋਟੀ ਸੀ ਉਹਦਾ ਮੈਨੂੰ ਤੁਸੀਂ ਥੋੜੀ ਜੀ ਤਫਸੀਲ ਦੱਸੋ ਕੋ ਥੋੜਾ ਦੱਸੋ ਵੀ ਉਹ ਇਸ ਟਾਈਮ ਕਿੱਥੇ ਰਹਿ ਰਹੀ ਮੈਂ ਤੁਹਾਡਾ ਕਰਕੇ ਉਹਨਾਂ ਦੇ ਪੈਰੀ ਪਵਾ ਕਿ ਮੇਰੀ ਵੀ والدہ ਲੱਗਦੀ ਕਿ والدہ ਮਾਜਦਾ ਮਾਫੀ ਦੇ ਦਿਓ ਸਾਨੂੰ ਇਹ ਦੇ ਵਿਚਾਰੇ ਦੀ ਜਾਨ ਛੱਡ ਦਿਓ ਕਿਉਂ ਫੜਿਆ ਇਹਨੂੰ ਦੇਖੋ ਜੀ ਅਲਹਮਦੁਲਿਲਾ ਮੈਂ ਤੁਹਾਡੀ ਅੰਦਰ ਦੀ ਸਾਰੀ ਬਗੈਰਤੀ ਸਮਝ ਰਿਹਾ ਹਾਂ ਆਸ਼ਕਸਾ ਆਪਕੇ ਵਾਲਦ ਸਾਹਿਬ ਕੇ ਤੀਨ ਐਸੇ ਉਹ ਡਕੇਤੇ ਜਿਹਨਾਂ ਨੇ ਆਪਕੋ ਗਵਾਕ ਕੀਤਾ ਨਹੀਂ ਇਹਨਾਂ ਆਬ ਠਾਜਾ ਬੇਟਾ ਹੁਣ ਸਾਡੀ ਵਾਰੀ ਹੈ ਹੁਣ ਜ਼ਰਾ ਸਾਨੂੰ ਸ਼ੁਰੂ ਹੋਣ ਦੇਣਾ ਉਦੋਂ ਅਸੀਂ ਤੇੜੀਆਂ ਸੁਣਨ ਦਾ ਕਿ ਆ ਹੁਣ ਤੋ ਸਾਡੀ ਸੁਣ ਹੁਕਮ ਕਰ ਦੇ ਬਸ ਹੁਕਮ ਕਰਦੇ ਆ ਕਰ ਦੇ ਹੁਕਮ ਇਹ ਆ ਕਿ ਬੇਟਾ ਤੇਰਾ ਮਸਲਾ ਜ਼ਿੰਦਗੀ ਦਾ ਵਾਅਦ ਜਿਹੜਾ ਮੈਨੂੰ ਹੱਲ ਨਹੀਂ ਹੋਣਾ ਆਸ਼ਕ ਸਾਹਿਬ ਨਹੀਂ ਬੂਟਾ ਜੀ ਤੇ ਫਿਰ ਐਵੇਂ ਏਡਾ ਚਾਟਾ ਬੂਟਾ ਕਾਤੋਂ ਬਣਿਆ ਬਈ ਤੋ ਮੈਂ ਚਾਚਾ ਬੂਟਾ ਬਣਿਆ ਮੈਂ ਕੋ ਪਾਗਲਖਾਨੇ ਦਾ ਇੰਚਾਰਜ ਨਹੀਂ ਹੈਗਾ ਤੁਸੀਂ ਮੇਰੀ ਗੱਲ ਨਹੀਂ ਸਮਝ ਰਹੇ ਭਾਈ ਜਾਨ ਅਸੀਂ ਸਮਝ ਰਹੇ ਤੁਹਾਡੀ ਗੱਲ ਤੁਸੀਂ ਸਾਡੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਤੁਸੀਂ ਸਾਨੂੰ ਇੱਕ ਮਸਲਾ ਪਹਿਲੇ ਬਿਆਨ ਕਰੋ ਨਾ ਇੱਕ ਹੀ ਕਰਨਿਆ ਮੈਂ ਆਛਾ ਕਿ ਜਿਹੜੇ ਆਂਬ ਹੁੰਦੇ ਨੇ ਉਹ ਅੱਜ ਕੱਲ ਦੇ ਮੌਸਮ ਵਿੱਚ ਮਿਲ ਜਾਂਦੇ ਕਿਉਂ ਤੂੰ ਆਂਬ ਲੈਣੇ ਦੇਖ ਨਾ ਮੇਰੀ ਗੱਲ ਸੁਣ ਮੈਂ ਕਹਿ ਰਿਹਾ ਕਿ ਤਰ੍ਹਾਂ ਜਦੋਂ ਕਟੀਆਂ ਉੱਤੇ ਲੂਣ ਪਾਇਆ ਹੁੰਦਾ ਨਾ ਤਾਂ ਖੀੜੇ ਦੇ 80 ਰੁਪਏ 100 ਰੁਪਏ ਕਿਲੋ ਤੇ ਖੀੜਾ ਹੋ ਗਿਆ ਬਿਊਟੀ ਪਾਰਲਰ ਖੋਲਣਾ ਹੋਵੇ ਤਾਂ ਬੰਦਾ 10 ਪਹਿਲੇ ਤਰੱਕੀ ਕਿਦਾ ਕਰੇ ਸਹੀ ਗੱਲ ਆ ਘੁੰਮ ਗਿਆ ਦੋ ਵੀ ਮੈਨੂੰ ਨਾ ਤੁਸੀਂ ਦੋਵੇਂ ਇਸ ਟਾਈਮ ਨਾ ਮੈਂਟਲ ਹਸਪੀਟਲ ਦੀਆਂ ਸਵਾਰੀਆਂ ਲੱਗਨ ਦਈਆਂ ਜੀ ਤੁਹਾਡੇ ਚੱਕਰਾਂ ਦੇ ਵਿੱਚ ਅੱਜ ਸਾਰਾ ਪ੍ਰੋਗਰਾਮ ਲੰਘ ਗਿਆ ਮੈਂ ਕੋਈ ਸਜ਼ਾ ਵੀ ਨਹੀਂ ਦੱਸ ਸਕਿਆ ਤੁਹਾਨੂੰ ਤੇ ਗੱਲ ਇਹ ਆ ਕਿ ਮੇਰੀ ਯਾਰ ਖੁਦਾ ਨਹੀਂ ਮੈਂ ਸੁਣਾਉਣੀ ਹੁਣ ਮੇਰੀ ਤੂੰ ਸੁਣ ਲੈ ਮੈਨੂੰ ਇੰਨੀ ਦੇਰ ਹੋ ਗਈ ਭਾਈ ਸੁਣਦੇ ਆ ਮੈਂ ਵਿੱਚ ਬੋਲਿਆ ਹੁਣ ਤੁਸੀਂ ਮੇਰੀ ਸਜ਼ਾ ਦੇ ਮੈਂ ਵੀ ਆਇਆ ਨਹਿਰ ਦੇ ਵਿੱਚ ਲੋਕੀ ਜਿਹੜਾ ਨਹਾਉਂਦੇ ਹੋਣ ਤੁਸੀਂ ਕਿਸੇ ਨੂੰ ਜਾ ਤੈਨੂੰ ਖੁਦਾ ਦਾ ਵਾਸਤਾ ਤੇ ਕੋਈ ਬੰਦਾ ਦੂਜੇ ਨੂੰ ਧੱਕਾ ਦੇ ਦੇਵੇ ਤੇ ਉਹ ਬੰਦਾ ਬਾਜ ਜਾਏ ਉਹ ਤੇ ਵਰਜਾ ਕਰਾ ਦੇ ਤੇ ਉਹਦੀ 6 ਮਹੀਨੇ ਦੀ ਸਜ਼ਾ ਹੈ ਔਰ ਅਗਰ ਉਹਨੇ ਕੋਸ਼ਿਸ਼ ਕੀਤੀ ਕਿ ਜ਼ਹਿਨੀ ਤੌਰ ਤੇ ਉਹਨੂੰ ਕਤਲ ਕਰਨ ਦੀ ਕੋਈ ਕੋਸ਼ਿਸ਼ ਚੱਲ ਯਾਰ ਜੇ ਇਹੇ ਕੰਮ ਖਾਣਾ ਨਾ ਤੇ ਫਿਰ ਤੈਨੂੰ ਇੱਕ ਅੱਜ ਮੈਂ ਵੀ ਗੱਲ ਦੱਸਦਾ ਏ ਮਾਂ ਹੁਬੇ ਵਤਨ ਇਹਨਾਂ ਕਲੈਕਸ਼ਨ ਇੱਕ ਅਬਾ ਦੋ ਉਹਨਾਂ ਦੀਆਂ ਅੰਮੀਆਂ ਓ ਚਾਰ 8 9 ਭੈਣ ਭਰਾ ਪਾਏ ਹੋਣਾ ਦੇ ਉਤ ਨਹੀਂ ਯਾਰ ਕੋਈ ਮਸਲਾ ਨਹੀਂ ਕੀ ਕੋਈ ਮਸਲਾ ਯਾਰ ਦੱਸ ਤੂੰ ਜੇ ਸਾਨੂੰ ਥੋੜਾ ਜਿਹਾ ਖੁਰਕੜੀਆਂ ਤੱਕ ਤੱਕਦਾ ਮੈਂ ਨਹੀਂ ਬੋਲਣਾ ਯਾਰ ਅੱਛਾ ਕੁੜੀਆਂ ਪਾਉਣੀਆਂ ਨਹੀਂ ਯਾਰ ਮੈਂ ਬੋਲਦਾ ਹੀ ਨਹੀਂ ਯਾਰ ਤੁਸੀਂ ਹੋਰ ਸੁਣਾਓ ਕੀ ਹਾਲ ਚਾਲ ਹੈ ਘਰ-ਬਾਰ ਸਭ ਬਾਲ ਬੱਚੇ ਯਾਰ ਗੁੱਸਾ ਕਰ ਗਿਆ ਯਾਰ ਅੱਛੀ ਗਵਾਹ ਤਾਂ ਤੈਨੂੰ ਪੁੱਛੇ ਤੂੰ ਉਹਦਾ ਤੇ ਦੱਸ ਆ ਕੋਈ ਇੱਕ ਮਸਲਾ ਦੇ ਭਾਈ ਜਾਨ ਕਲੀਅਰ ਕਰੋ ਨਾ ਸਾਡਾ ਆਸ਼ਕ ਯਾਰ ਮੈਨੂੰ ਲੱਗਦਾ ਆਪਾਂ ਜਾਂ ਤੇ ਬੁੱਢੇ ਹੋ ਗਏ ਆ ਜਾਂ ਐਸ ਭਾਈ ਦਾ ਦਿਮਾਗ ਖੜਾ ਆ ਨਹੀਂ ਯਾਰ ਹਾਲਾਤ ਇਦਾਂ ਦੇ ਨੇ ਬੂਟਾ ਜੀ ਬੰਦੇ ਨੂੰ ਨਹੀਂ ਕਿਸ ਟਾਈਮ ਪਤਾ ਲੱਗਦਾ ਤੁਸੀਂ ਭਾਈ ਜੀ ਥੋੜਾ ਜਿਹਾ ਜਰਾ ਇਜ਼ੀ ਹੋ ਕੇ ਸਾਨੂੰ ਸਿਰਫ ਇਹ ਦੱਸੋ ਵੀ ਕੋਈ ਮਸਲਾ ਕਲੀਅਰ ਕਰੋ ਕਿ ਅਸੀਂ ਤੁਹਾਡਾ ਹੱਲ ਕਿਦਾ ਕਰਨਾ ਓਕੇ ਠੀਕ ਹਾਂਜੀ ਪਲੀਜ਼ ਮਿਹਰਬਾਨੀ ਹੈ ਤੁਹਾਡੀ ਹੁਣ ਮੈਂ ਆਖਰੀ ਵਾਰੀ ਬਸ ਗੱਲ ਤੁਹਾਨੂੰ ਦੱਸਣੀ ਓਕੇ ਠੀਕ ਹੋ ਗਿਆ ਦੱਸੋ ਜੀ ਜਦੋਂ ਮੈਂ ਪਰਚਾ ਕਰਾਇਆ ਨਾ ਸ਼ਾਹ ਤੇਰੇ ਤੇ ਦਰਦ ਦੇ ਵੇਖਿਆ ਵੇਰ ਉਹ ਨਵੇਂ ਜਾਨਸ਼ਕ ਸਾਹਿਬ ਇਹਨਾਂ ਨੇ ਬੋਲੇ ਜੇ ਹੁਣ ਵੇਲੋ ਕੀ ਮੈਂ ਬੋਲਾਂ ਵੀ ਨਾ ਹੁਣ ਬੌਂਗੀਆਂ ਸੁਣੀ ਜਾਵਾਂ ਤੇੜੀਆਂ ਨਹੀਂ ਭਾਈ ਨਹੀਂ ਤੂੰ ਸਾਨੂੰ ਨਾ ਸੁਣ ਤੈਨੂੰ ਸੁਣਾਉਣ ਕੌਣ ਦੇ ਆ ਅੱਛਾ ਜੇ ਉਦੋਂ ਦਾ ਕੀ ਕਰਨ ਨੇ ਸੀ ਆਪਣੇ ਦੁੱਖ ਸੁਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ ਤੇ ਸਾਡਾ ਵੀ ਦੁੱਖ ਸੁਣਨ ਦੀ ਕੋ ਕਾਮਯਾਬ ਕੋਸ਼ਿਸ਼ ਕਰ ਲਾ ਹੁਣ ਮਰੇ ਜ਼ਿੰਦਗੀ ਹੈ ਜ਼ਿੰਦਗੀ ਦੇਖ ਮੇਰੀ ਬੇਬਸੀ ਕੀ ਬਾਤ ਕਰ ਰਹੇ ਆਪ ਆਪ ਕਹੀਂ ਦਫਾ ਹੋ ਜਾਹੇ ਮੈਂ 14 ਸਾਲ ਦਾ ਸੀ ਜਦੋਂ ਸ਼ਾਰਜ ਆ ਗਿਆ ਮੈਨੂੰ 14000 ਵਾਰੀ ਮਾਫੀ ਦੇ ਦੇਆ ਬੇਚੰਪ ਚਾਕੀਚਾ ਓਵਰ ਦਾ ਬੈਸਟ ਥੇਰ ਆਰ ਦਾ ਸਲੂਸ਼ਨ ਯੂਰ ਟਾਕ ਹਿਮ ਮਾਈ ਫੈਲਟ ਫਿਸ਼ ਆਫ ਯੀਆ ਆਈ ਨੋ ਯੂ ਨਾਟ ਇਸ ਟਾਕਿੰਗ ਅਬਾਊਟ ਲਿਸਨੋ ਯਾ ਬਜ਼ੁਰਗਾ ਲਿਸਨ ਇੱਕ ਮਿੰਟ ਜਰਾ ਮੈਂ ਨਾ ਬਹੁਤੀ ਨਹੀਂ ਦੋ ਰੋਂਦੀ ਆ ਜਣ ਇਹਨਾਂ ਕੋਲੋਂ ਬੜੇ ਬੜੇ ਲੋਕ ਇੰਗਲਿਸ਼ ਸਿੱਖਦੇ ਨੇ ਅੱਛਾ ਤੁਸੀਂ ਕਿਹਾ ਕਿ ਜਦੋਂ ਮੈਂ ਸ਼ਾਰਜਾ ਗਿਆ ਤੇ ਮੈਂ ਬਹੁਤ ਛੋਟਾ ਜਿਹਾ ਸੀ ਹਾਂਜੀ ਮਤਲਬ ਕਿੰਨੇ ਕੁ ਤੁਸੀਂ ਛੋਟੇ ਸੀ ਕਿੰਨੇ ਕੁ ਉਮਰ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਛੋਟਾ ਓ ਯਾਰ ਕਿੰਨਾ ਕੁ ਛੋਟਾ ਸੀ ਤੂੰ ਇਨਾ ਕ ਸੀ ਨਹੀਂ ਯਾਰ ਐਡਾ ਬੱਚਾ ਹੁੰਦਾ ਭਲਾ ਆ ਤਾਂ ਸਹੀ ਗੱਲ ਆ ਯਾਰ ਤੂੰ ਬੂਟੇ ਨੂੰ ਗੁੱਸਾ ਝੜਾ ਦਿੰਦਾ ਯਾਰ ਮੈਂ 14 ਸਾਲ ਦਾ ਸੀ ਓ ਯਾਰ ਤੇਰਾ ਮਸਲਾ ਸਾਡੇ ਵੱਸੋਂ ਬਾੜਾ ਯਾਰ ਪਹਿਲਾਂ ਵਾਰ ਜਿਹਦਾ ਮੇ ਕੋ ਮਸਲੇ ਦਾ ਹਾਲ ਲੈਣੇ ਆਇਆ ਮਕਾਰੋ ਆਪੇ ਅਬ ਨਾਰਮਲ ਆ ਨਹੀਂ ਤੂੰ ਆ ਲਗਤੇ ਮੇਜ ਲਗਤੇ ਜਿਗਰ ਯਾਰ ਬੂਟੇ ਆਸ਼ਕ ਸਾਹਬ ਆ ਯਾਰ ਐਵੇਂ ਖਾਪਨਾ ਉਹ ਨਹੀਂ ਆਜੇ ਕਰਨ ਕੀ ਜੇ ਯਾਰ ਇਹਨਾਂ ਦਾ ਜੋ ਮਸਲਾ ਹੈ ਨਾ ਉਹ ਬਿੰਗਾ ਹੈ ਹੀ ਨਹੀਂ ਹੈ ਇਹਨਾਂ ਦਾ ਮਸਲਾ ਇਹਨਾਂ ਦਾ ਹੈ ਹੀ ਨਹੀਂ ہمارا ਹੈ ਇਹ ਮਸਲਾ ہمارا ਹੈ ਇਸੇ ਹਮਨੇ ਹੀ ਬਗਾੜਾ ਹੈ ਹਮਨੇ ਹੀ ਠੀਕ ਕਰਨਾ ਹੈ ਲੇਕਿਨ ਸਾਨੂੰ ਕੋ ਗੱਲ ਭਾਈ ਕਿਸੇ ਪਾਸੇ ਲਾਵੇ ਤਾਂ ਫੇਰ ਇਹਨਾਂ ਨੂੰ ਪੁੱਛੋ ਕਿ ਇਹਨਾਂ ਦੇ ਇੱਕ ਵਾਲਦ ਸਾਹਿਬ ਨੇ ਇੱਕ ਮੁਲਾਜ਼ਮ ਸੀ ਸ਼ਾਰਜਾ ਜਿਹਨੇ ਉਹਨਾਂ ਨੇ ਤਲਾਕ ਦੇ ਦਿੱਤੀ ਇੱਕ ਕਾਰ ਸੀ ਉਹਦੇ ਚੋਂ ਤਿੰਨ ਬੰਦੇ ਨਿਕਲੇ ਜਿਨ੍ਹਾਂ ਨੇ ਅਗਵਾ ਇਹਨਾਂ ਨੂੰ ਕੀਤਾ ਨਾਜ਼ਰੀਨ ਇੱਕ ਫਿਕਰੇ ਜੇ ਕੁਛ ਕਹਿੰਦਾ ਦੂਜੇ ਫਿਕਰੇ ਜੋ ਦੀ ਮਨਫੀ ਖੁਦ ਹੀ ਕਰ ਦਿੰਦੇ ਹੈ ਇਸ ਕੇ ਸਾਥ ਪ੍ਰੋਗਰਾਮ ਕਾ ਵਕਤ ਖਤਮ ਹੋਤਾ ਮੈਂ ਤਬੀਅਤ ਖਰਾਬ ਅੱਲਾਹ ਹਾਫਿਜ਼ ਉਹ خدا ਦੇ ਵਾਸਤੇ ਕੋ ਤਿਆਰ ਹੋ ਕੇ ਆ ਗਏ ਨਾ ਸਿੱਕੀ ਪੇ ਕਰਦੇ ਹੋ ਮੈਨੂੰ ਜਿੱਦਾਂ ਤੁਸੀਂ ਕਿਹਾ ਮੈਂ ਮਸਲਾ ਹੀ ਦੱਸਣਾ ਸੀ ਆਪਣਾ ਪ੍ਰੋਗਰਾਮ ਆਨਲਾਈਨ ਕਿਹਾ ਲੋਕ ਕੀ ਕਹਿਣਗੇ ਚਲੋ ਇੱਕ ਵਾਰੀ ਫੇਰ ਨਹੀਂ ਕਰਾਓ ਪ੍ਰੋਗਰਾਮ ਖਤਮ ਕਰ ਦਿਓ ਇੱਕ ਵਾਰੀ ਫੇਰ ਓਕਰ ਹਾਂ ਲਾ ਫੇਰ